ਇਹ ਇਹ ਕੀ ਵਾਪਰਿਆ ਜੀ? ਢਾ ਲਿਆ ਜੀ। ਕਿਹਨੇ ਢਾ ਲਿਆ? 10 ਬੰਦਿਆਂ ਨੇ, ਤਾਰੇ ਦੇ ਬੰਦੇ ਸੀਗੇ ਜੀ ਨਾਲ, ਉਹਦੇ ਨਾਲ ਚਿੱਟੇ ਚੁੱਟੇ ਵਾਲੇ ਮੰਡੀਰ ਸੀਗੀ ਜੀ, ਸਿੱਧੀ ਗੱਲ ਕਹਿੰਦੇ ਆਪਾਂ ਤਾਂ, ਅਸੀਂ ਸੋਫੀ ਬੰਦੇ ਆ। ਪੁਲਿਸ ਮੁਲਾਜ਼ਮ ਬਾਅਦ 'ਚ ਆਇਆ ਜੀ ਉਹਨਾਂ ਨੇ। ਜਦੋਂ ਆਹ ਜਿਹੜਾ ਆਕੜ ਤੁਹਾਡਾ ਕੁੜਤਾ ਪਾਟਿਆ ਸਾਰਾ ਕੁਝ ਹੋਇਆ, ਇਹ ਕਦੋਂ ਵਾਪਰਿਆ ਸਾਰਾ? ਉਦੋਂ ਜਦੋਂ ਮੈਂ ਗਿਆ ਹੀ ਆ ਜੀ। ਕੀ ਕਰਨ ਗਏ ਸੀ? ਫਾਈਲ ਭਰਨ ਗਿਆ ਸੀ ਆਪਦੀ ਸਰਪੰਚੀ ਦੀ। ਸਰਪੰਚੀ ਦੀ? ਹਾਂਜੀ ਹਾਂਜੀ। ਪਿੰਡ ਦੀ ਕੋਠੇ ਚੰਦ ਸਿੰਘ ਵਾਲਿਆਂ ਦੀ ਫਾਈਲ ਭਰਨ ਗਈ ਸੀ, ਫਿਰ ਤੁਹਾਡੇ ਨਾਲ ਵਾਪਰਿਆ? ਆਹ ਵਾਪਰਿਆ ਜੀ। ਕਿਉਂ ਵਾਪਰਿਆ ਇਹ ਤੁਹਾਨੂੰ? ਗੁਆਂ ਦੇ ਵੀ ਤੈਨੂੰ ਭਰਨੀ ਨਹੀਂ ਦੇਣੀ। ਕਾਹਤੋਂ ਨਹੀਂ ਭਰਨ ਦੇਣੀ? ਆਂਦੇ ਨਹੀਂ ਭਰਨ ਦੇਣੀ, ਅਸੀਂ ਆਪ ਭਰਨੀ ਆ। ਫਾਈਲ ਮੇਰੀ ਖੋਲੀ, ਖੋਲ ਕੇ ਤੇ ਲੈ ਕੇ ਭੱਜ ਗਏ ਉਦੋਂ ਮੁਲਾਜ਼ਮ ਆ ਗਏ, ਮੈਨੂੰ ਢਾ ਲਿਆ 10 ਬੰਦਿਆਂ ਨੇ, ਦੋ ਤਿੰਨਾਂ ਨੇ ਲੱਤਾਂ ਮਾਰੀਆਂ। ਚੱਲ ਉਹ ਜਦੋਂ ਮੁਲਾਜ਼ਮ ਆ ਗਏ ਮੈਂ ਉੱਠ ਖੜਿਆ, ਉਹ ਨਾਲ ਦੀ ਨਾਲ ਫਾਈਲ ਕੁਛ ਤਾਂ ਪਾਟ ਪੂਟ ਗਈ, ਕਿਸੇ ਅਸੀਂ ਫੜ ਲਈ ਉਹਨਾਂ ਤੋਂ ਫੜ ਕੇ ਤੇ ਜਮ੍ਹਾਂ ਕਰਾਤੀ। ਉਵੇਂ ਹੁਣ ਇਹ ਨਹੀਂ ਪਤਾ ਵਰਕੇ ਘੱਟ ਹੈ ਕਿ ਪੂਰੇ ਹੈ। ਤੁਸੀਂ ਇੱਕ ਵਾਰੀ ਜਮ੍ਹਾਂ ਕਰਾਇਆ ਹੈ ਜੀ? ਕਿਹੜਾ ਜਮ੍ਹਾਂ? ਜਿੰਨੀ ਕੀ ਬਚੀ ਸੀ? ਜਿੰਨੀ ਬਚੀ ਸੀਗੀ ਜੀ। ਕਾਰਵਾਈ ਜੀ ਐਮਐਲਏ ਦੀ ਆ, ਹੋਰ ਕਿਹਦੀ ਆ ਕਾਰਵਾਈ? ਸਿੱਧੀ ਕਹਿੰਦੇ ਅਸੀਂ ਤਾਂ। ਕਿਉਂ ਉਹ ਕਿਉਂ ਕਰਵਾਓ ਉਹਨੂੰ? ਕੀ ਉਹਦੇ ਘਰੇ ਬੈਠਾ ਹੈਗਾ, ਉਹ ਕਿਰਾਇਆ ਨਹੀਂ ਦਿੰਦਾ ਬਾਈ ਉਹਨੂੰ ਕੋਠੀ 'ਚ। ਅਸੀਂ ਸਿੱਧੀ ਗੱਲ ਕਹਿੰਦੇ ਹਾਂ ਕਿ ਦਿੰਦਾ ਹੋਵੇ ਤਾਂ, ਦਿੰਦਾ ਹੋਵੇ ਅਸੀਂ ਕਹਿੰਦੇ ਹਾਂ, ਪਰ ਉਹ ਨਹੀਂ ਦਿੰਦਾ ਗਾ। ਜਦੋਂ ਸਾਡੇ ਨਾਲ ਇੰਨੀ ਕੁੱਤੇ ਖਾਣੀ ਕਰੀ ਜਾਂਦੇ ਯਾਰ, ਅਸੀਂ ਘੱਟ ਕੇ ਜਾਵਾਂਗੇ ਉਹਦੇ ਨਾਲ? ਇਹ ਵੇਖ ਲਓ ਹੁਣ ਤੁਸੀਂ ਕੀ ਲੱਗਦਾ ਫਿਰ ਜਿਹੜਾ ਆਹ ਸਿਸਟਮ ਹੈ, ਐਂ ਜੇ ਸਰਪੰਚ ਕੋਈ ਬਣ ਵੀ ਗਿਆ, ਉਹ ਸਰਪੰਚ ਫਿਰ ਪਿੰਡ ਦੇ ਉੱਤੇ ਜਿਵੇਂ ਇੱਕ ਸਰਪੰਚ ਦਾ ਰੋਲ ਹੁੰਦਾ, ਉਹਦਾ ਕਰਪਾ? ਆਹ ਸਾਰਾ ਪਿੰਡ ਸਾਡਾ ਖੜਾ ਹੈਗਾ, ਭਾਂਡਾ ਹੀ ਤਿਆਗ ਦੇਣਾ ਸੀ। ਭਾਂਡਾ ਤਿਆਗਾਂਗੇ ਅਸੀਂ, ਭਾਂਡਾ ਤਿਆਗਣਾ ਉਹਨਾਂ ਦਾ, ਇਕੱਲਾ ਘਰ ਆ ਬਾਰੇ ਜਾ ਕੇ ਸਮਾਂ ਪਾ ਕੇ ਭਾਂਡਾ ਤਿਆਗਾਂਗੇ ਜੀ ਅਸੀਂ। ਇਹ ਨਾਬਤ ਆ ਗਈ? ਹਾਂ ਅਸੀਂ ਜਮਾਂ ਜਲੂਸ ਕੱਢਾਂਗੇ ਬਣਾ ਕੇ ਜੀ। ਭਾਂਡੇ ਤਿਆਗਣ ਵਾਲੀ ਤਾਂ ਜਿਹੜੇ ਨਾਲ ਉਹਦੇ ਮੈਂਬਰ ਹੈ ਉਹਨਾਂ ਦਾ ਵੀ ਭਾਂਡਾ ਤਿਆਗਾਂਗੇ ਜੀ। ਬਾ ਗੱਲ ਖਤਮ, ਕੋਈ ਵੀ ਮੈਂਬਰ ਹੈ ਜਿੰਨੇ ਵੀ ਉਹਨਾਂ ਨੇ ਕਾਗਜ਼ ਭਰੇ ਹੈ ਉਹਨਾਂ ਭਾਂਡਾ ਤਿਆਗਣਾ ਜੀ। ਤੁਹਾਨੂੰ ਕਿੱਥੇ ਜੇ ਜਿਹੜੇ ਤੁਹਾਡੇ ਕੱਪੜੇ ਕਿੱਥੇ ਜੇ ਪੜੇ ਗਏ? ਬਿਲਕੁਲ ਨਜ਼ਦੀਕ ਜਾਵੜਿਆ ਸੀਗਾ ਜੀ, ਜਿੱਥੇ ਆਪਣੀ ਲਾਈਨ ਲੱਗਦੀ ਆ ਉਦੋਂ 10 ਕਰਮਾ ਪਿੱਛੇ ਸੀਗਾ। ਉੱਥੇ ਮੈਨੂੰ 4 ਬੰਦਿਆਂ ਨੇ ਘੇਰ ਲਿਆ ਵੀ ਕਾਗਜ਼ ਦੇ, ਮੈਂ ਮੇਰੇ ਕੋਲ ਕਾਗਜ਼ ਕਿਹੜੇ ਆ? ਆਂਦੇ ਆਹ ਵੇ ਚੱਕਿਆ ਕੁੜਤਾ ਮੇਰਾ, ਇੱਧਰੋਂ ਕੁੜਤਾ ਪਾਟਿਆ, ਥੱਲੇ ਡੇਗ ਲਿਆ, ਥੱਲੇ ਡੇਗ ਕੇ ਮੇਰੇ ਫਾਈਲ ਕੱਢ ਲਈ। ਹੁਣ 10 ਬੰਦਿਆਂ ਮੂਹਰੇ ਇਕੱਲਾ ਬੰਦਾ ਕੀ ਕਰਦਾ ਹੈਗਾ? 10 ਬੰਦੇ ਕੌਣ ਸੀ? ਕੋਈ ਮੁਲਾਜ਼ਮ ਸੀ ਕੌਣ? ਬਿਲਕੁਲ ਨਹੀਂ ਮੁਲਾਜ਼ਮ, ਉਹਨਾਂ ਦੇ ਨਾਲ ਹੀ ਜਿਹੜੇ ਉਹਨਾਂ ਦੇ ਬੰਦੇ ਆ, ਜਿਵੇਂ ਆਪਣੇ ਲੈ ਲਾ ਵੀ ਆ ਮੁੰਡੇ ਲੈ ਲਈਏ ਇਕੱਠੇ ਕਰਕੇ ਆਪਾਂ, ਕਿਹਨੇ ਜਾਣ ਦਿੱਤਾ? ਉਹਦਾ ਸਾਥੋਂ ਪਹਿਲਾਂ ਦੇ ਗਏ ਹੋਏ ਸੀਗੇ ਜੀ, ਹਜੇ ਵੀ 4 ਬੰਦੇ ਫਿਰਦੇ ਆ ਉਹਨਾਂ ਦੇ ਉੱਥੇ। ਮੈਂ ਹੁਣ ਵੇਖ ਕੇ ਆ, ਇੱਕ ਕੈਂਡੀਡੇਟ ਹੈ, ਇੱਕ ਉਹਦਾ ਭਰਾ, ਇੱਕ ਉਹਦਾ ਭਤੀਜਾ, ਇੱਕ ਮੁੰਡਾ ਹੋਰ ਆ, 4 ਫਿਰਦੇ ਆ ਹਲੇ ਵੀ। ਦਸ ਬੰਦਿਆਂ ਨੇ, ਤਾਰੇ ਦੇ ਬੰਦੇ ਸੀਗੇ ਜੀ ਨਾਲ, ਉਹਦੇ ਨਾਲ ਚਿੱਟੇ ਚੁੱਟੇ ਵਾਲੇ ਮੰਡੀਰ ਸੀਗੀ ਜੀ, ਸਿੱਧੀ ਗੱਲ ਕਹਿੰਦੇ ਆਪਾਂ ਤਾਂ, ਅਸੀਂ ਸੋਫੀ ਬੰਦੇ ਆ। ਪੁਲਿਸ ਮੁਲਾਜ਼ਮ ਬਾਅਦ 'ਚ ਆਇਆ ਜੀ ਉਹਨਾਂ ਨੇ। ਜਦੋਂ ਆਹ ਜਿਹੜਾ ਆਕੜ ਤੁਹਾਡਾ ਕੁੜਤਾ ਪਾਟਿਆ ਸਾਰਾ ਕੁਝ ਹੋਇਆ, ਇਹ ਕਦੋਂ ਵਾਪਰਿਆ ਸਾਰਾ? ਉਦੋਂ ਜਦੋਂ ਮੈਂ ਗਿਆ ਹੀ ਆ ਜੀ। ਕੀ ਕਰਨ ਗਏ ਸੀ? ਫਾਈਲ ਭਰਨ ਗਿਆ ਸੀ ਆਪਦੀ ਸਰਪੰਚੀ ਦੀ। ਸਰਪੰਚੀ ਦੀ? ਹਾਂਜੀ ਹਾਂਜੀ। ਪਿੰਡ ਦੀ ਕੋਠੇ ਚੰਦ ਸਿੰਘ ਵਾਲਿਆਂ ਦੀ ਫਾਈਲ ਭਰਨ ਗਈ ਸੀ, ਫਿਰ ਤੁਹਾਡੇ ਨਾਲ ਵਾਪਰਿਆ? ਆਹ ਵਾਪਰਿਆ ਜੀ। ਕਿਉਂ ਵਾਪਰਿਆ ਇਹ ਤੁਹਾਨੂੰ? ਗੁਆਂ ਦੇ ਵੀ ਤੈਨੂੰ ਭਰਨੀ ਨਹੀਂ ਦੇਣੀ। ਕਾਹਤੋਂ ਨਹੀਂ ਭਰਨ ਦੇਣੀ? ਆਂਦੇ ਨਹੀਂ ਭਰਨ ਦੇਣੀ, ਅਸੀਂ ਆਪ ਭਰਨੀ ਆ। ਫਾਈਲ ਮੇਰੀ ਖੋਲੀ, ਖੋਲ ਕੇ ਤੇ ਲੈ ਕੇ ਭੱਜ ਗਏ ਉਦੋਂ ਮੁਲਾਜ਼ਮ ਆ ਗਏ, ਮੈਨੂੰ ਢਾ ਲਿਆ 10 ਬੰਦਿਆਂ ਨੇ, ਦੋ ਤਿੰਨਾਂ ਨੇ ਲੱਤਾਂ ਮਾਰੀਆਂ। ਚੱਲ ਉਹ ਜਦੋਂ ਮੁਲਾਜ਼ਮ ਆ ਗਏ ਮੈਂ ਉੱਠ ਖੜਿਆ, ਉਹ ਨਾਲ ਦੀ ਨਾਲ ਫਾਈਲ ਕੁਛ ਤਾਂ ਪਾਟ ਪੂਟ ਗਈ, ਕਿਸੇ ਅਸੀਂ ਫੜ ਲਈ ਉਹਨਾਂ ਤੋਂ ਫੜ ਕੇ ਤੇ ਜਮ੍ਹਾਂ ਕਰਾਤੀ। ਉਵੇਂ ਹੁਣ ਇਹ ਨਹੀਂ ਪਤਾ ਵਰਕੇ ਘੱਟ ਹੈ ਕਿ ਪੂਰੇ ਹੈ। ਤੁਸੀਂ ਇੱਕ ਵਾਰੀ ਜਮ੍ਹਾਂ ਕਰਾਇਆ ਜੀ? ਕਿਹੜਾ ਜਮ੍ਹਾਂ? ਜਿੰਨੀ ਕੀ ਬਚੀ ਸੀ? ਜਿੰਨੀ ਬਚੀ ਸੀਗੀ। ਕਾਰਵਾਈ ਜੀ ਐਮਐਲਏ ਦੀ ਆ, ਹੋਰ ਕਿਹਦੀ ਆ ਕਾਰਵਾਈ? ਸਿੱਧੀ ਕਹਿੰਦੇ ਅਸੀਂ ਤਾਂ। ਕਿਉਂ ਉਹ ਕਿਉਂ ਕਰਵਾਓ ਉਹਨੂੰ? ਕਿਉਂ ਉਹਦੇ ਘਰੇ ਬੈਠਾ ਹੈਗਾ, ਉਹ ਕਿਰਾਇਆ ਨਹੀਂ ਦਿੰਦਾ ਬਾਈ ਉਹਨੂੰ ਕੋਠੀ 'ਚ। ਅਸੀਂ ਸਿੱਧੀ ਗੱਲ ਕਹਿੰਦੇ ਹਾਂ ਕਿ ਦਿੰਦਾ ਹੋਵੇ ਤਾਂ, ਦਿੰਦਾ ਹੋਵੇ ਅਸੀਂ ਕਹਿੰਦੇ ਹਾਂ, ਪਰ ਉਹ ਨਹੀਂ ਦਿੰਦਾ ਗਾ। ਜਦੋਂ ਸਾਡੇ ਨਾਲ ਇੰਨੀ ਕੁੱਤੇ ਖਾਣੀ ਕਰੀ ਜਾਂਦੇ ਯਾਰ, ਅਸੀਂ ਘੱਟ ਕੇ ਜਾਵਾਂਗੇ ਉਹਦੇ ਨਾਲ?
ਇਹ ਵੇਖ ਲਓ ਹੁਣ ਤੁਸੀਂ ਕੀ ਲੱਗਦਾ ਫਿਰ ਜਿਹੜਾ ਆਹ ਸਿਸਟਮ ਹੈ, ਐਂ ਜੇ ਸਰਪੰਚ ਕੋਈ ਬਣ ਵੀ ਗਿਆ ਉਹ ਸਰਪੰਚ ਫਿਰ ਪਿੰਡ ਦੇ ਉੱਤੇ ਜਿਵੇਂ ਇੱਕ ਸਰਪੰਚ ਦਾ ਰੋਲ ਹੁੰਦਾ ਅਦਾ ਕਰ ਪਾਉਂਦੇ? ਆਹ ਸਾਰਾ ਪਿੰਡ ਸਾਡਾ ਖੜਾ ਹੈਗਾ, ਭਾਂਡਾ ਹੀ ਤਿਆਗ ਦੇਣਾ ਸੀ, ਭਾਂਡਾ ਤਿਆਗਾਂਗੇ ਅਸੀਂ, ਭਾਂਡਾ ਤਿਆਗਣਾ ਉਹਨਾਂ ਦਾ ਕੱਲਾ ਘਰ ਆ, ਬਾਰੇ ਜਾ ਕੇ ਸਮਾਂ ਪਾ ਕੇ ਭਾਂਡਾ ਤਿਆਗਾਂਗੇ ਜੀ ਅਸੀਂ, ਇਹ ਨੌਬਤ ਆ ਗਈ। ਹਾਂ ਅਸੀਂ ਜਮਾਂ ਜਲੂਸ ਕੱਢਾਂਗੇ ਬਣਾ ਕੇ ਜੀ, ਇਹਨਾਂ ਭਾਂਡੇ ਤਿਆਗਣ ਵਾਲੀ ਤਾਂ ਜਿਹੜੇ ਨਾਲ ਉਹਦੇ ਮੈਂਬਰ ਹੈ ਉਹਨਾਂ ਦਾ ਵੀ ਭਾਂਡਾ ਤਿਆਗਾਂਗੇ ਜੀ, ਬਸ ਗੱਲ ਖਤਮ ਆ। ਕੋਈ ਵੀ ਮੈਂਬਰ ਹੈ ਜਿੰਨੇ ਵੀ ਉਹਨਾਂ ਨੇ ਕਾਗਜ਼ ਭਰੇ ਹੈ ਉਹਨਾਂ ਭਾਂਡਾ ਤਿਆਗਣਾ ਜੀ। ਤੁਹਾਨੂੰ ਕਿੱਥੇ ਜੇ ਜਿਹੜੇ ਤੁਹਾਡੇ ਕੱਪੜੇ ਕਿੱਥੇ ਜੇ ਪਾੜੇ ਗਏ? ਬਿਲਕੁਲ ਨਜ਼ਦੀਕ ਜਾ ਵੜਿਆ ਸੀਗਾ ਜੀ, ਜਿੱਥੇ ਆਪਣੀ ਲਾਈਨ ਲੱਗਦੀ ਉਦੋਂ 10 ਕਰਮਾ ਪਿੱਛੇ ਸੀਗਾ, ਉੱਥੇ ਮੈਨੂੰ 4 ਬੰਦਿਆਂ ਨੇ ਘੇਰ ਲਿਆ ਵੀ ਕਾਗਜ਼ ਦੇ, ਮੱਖ ਮੇਰੇ ਕੋਲ ਕਾਗਜ਼ ਕਿਹੜੇ ਆ? ਆਂਦੇ ਆ ਵੇ ਚੱਕਿਆ ਕੁੜਤਾ ਮੇਰਾ, ਇੱਧਰੋਂ ਕੁੜਤਾ ਪਾਟਿਆ, ਥੱਲੇ ਡੇਗ ਲਿਆ, ਥੱਲੇ ਡੇਗ ਕੇ ਮੇਰੇ ਫਾਈਲ ਕੱਢ ਲਈ। ਹੁਣ 10 ਬੰਦਿਆਂ ਮੂਹਰੇ ਇਕੱਲਾ ਬੰਦਾ ਕੀ ਕਰਦਾ ਹੈਗਾ? 10 ਬੰਦੇ ਕੌਣ ਸੀ, ਕੋਈ ਮੁਲਾਜ਼ਮ ਸੀ ਕੌਣ? ਬਿਲਕੁਲ ਨਹੀਂ ਮੁਲਾਜ਼ਮ, ਉਹਨਾਂ ਦੇ ਨਾਲ ਹੀ ਜਿਹੜੇ ਉਹਨਾਂ ਦੇ ਬੰਦੇ ਆ, ਜਿਵੇਂ ਆਪਣੇ ਲੈ ਲਾ ਵੀ ਆ ਮੁੰਡੇ ਲੈ ਲਈਏ ਇਕੱਠੇ ਕਰਕੇ ਆਪਾਂ, ਕਿਹਨੇ ਜਾਣ ਦਿੱਤਾ? ਉਹਦਾ ਸਾਥੋਂ ਪਹਿਲਾਂ ਦੇ ਗਏ ਹੋਏ ਸੀਗੇ ਜੀ, ਹਜੇ ਵੀ 4 ਬੰਦੇ ਫਿਰਦੇ ਆ ਉਹਨਾਂ ਦੇ ਉੱਥੇ। ਮੈਂ ਹੁਣ ਵੇਖ ਕੇ ਆ, ਇੱਕ ਕੈਂਡੀਡੇਟ ਹੈ, ਇੱਕ ਉਹਦਾ ਭਰਾ, ਇੱਕ ਉਹਦਾ ਭਤੀਜਾ, ਇੱਕ ਮੁੰਡਾ ਹੋਰ ਹੈ, 4 ਫਿਰਦੇ ਹਲੇ ਵੀ। ਦਸ ਬੰਦਿਆਂ ਨੇ ਤਾਰੇ ਦੇ ਬੰਦੇ ਸੀਗੇ ਜੀ, ਨਾਲ ਉਹਦੇ ਨਾਲ ਚਿੱਟੇ ਚੁੱਟੇ ਵਾਲੇ ਮਡੀਰ ਸੀਗੀ ਜੀ, ਸਿੱਧੀ ਗੱਲ ਕਹਿੰਦੇ ਆਪਾਂ ਤਾਂ, ਅਸੀਂ ਸੋਫੀ ਬੰਦੇ ਆ। ਪੁਲਿਸ ਮੁਲਾਜ਼ਮ ਬਾਅਦ ਚ ਆਇਆ ਜੀ, ਉਹਨਾਂ ਨੇ ਜਦੋਂ ਆ ਜਿਹੜਾ ਆਕੜ ਤੁਹਾਡਾ ਕੁੜਤਾ ਪਾਟਿਆ ਸਾਰਾ ਕੁਝ ਹੋਇਆ, ਇੱਕ ਕਦੋਂ ਵਾਪਰਿਆ ਸਾਰਾ? ਉਦੋਂ ਜਦੋਂ ਮੈਂ ਗਿਆ ਹੀ ਆ ਜੀ। ਕੀ ਕਰਨ ਗਏ ਸੀ? ਫਾਈਲ ਭਰਨ ਗਿਆ ਸੀ ਆਪਦੀ ਸਰਪੰਚੀ ਦੀ, ਸਰਪੰਚੀ ਦੀ। ਹਾਂਜੀ ਹਾਂਜੀ, ਪਿੰਡ ਦੀ ਕੋਠੇ ਚੰਦ ਸਿੰਘ ਵਾਲਿਆਂ ਦੀ ਫਾਈਲ ਭਰਨ ਗਈ ਸੀ, ਫਿਰ ਤੁਹਾਡੇ ਨਾਲ ਵਾਪਰਿਆ? ਆ ਵਾਪਰਿਆ ਜੀ। ਕਿਉਂ ਵਾਪਰਿਆ ਇਹ ਤੁਹਾਨੂੰ? ਕਹਾਂਦੇ ਵੀ ਤੈਨੂੰ ਭਰਨੀ ਨਹੀਂ ਦੇਣੀ। ਕਾਹ ਤੋਂ ਨਹੀਂ ਭਰਨ ਦੇਣੀ? ਆਂਦੇ ਨਹੀਂ ਭਰਨ ਦੇਣੀ, ਅਸੀਂ ਆਪ ਭਰਨੀਆਂ। ਫਾਈਲ ਮੇਰੀ ਖੋਲੀ, ਖੋਲ ਕੇ ਤੇ ਲੈ ਕੇ ਭੱਜ ਗਏ, ਉਦੋਂ ਮੁਲਾਜ਼ਮ ਆ ਗਏ, ਮੈਨੂੰ ਢਾ ਲਿਆ 10 ਬੰਦਿਆਂ ਨੇ, 2-3 ਨੇ ਲੱਤਾਂ ਮਾਰੀਆਂ। ਚੱਲ ਜਦੋਂ ਮੁਲਾਜ਼ਮ ਆ ਕੇ ਮੈਂ ਉੱਠ ਖੜਿਆ, ਉਹ ਨਾਲ ਦੀ ਨਾਲ ਫਾਈਲ ਕੁਛ ਤਾਂ ਪਾਟ ਪੂਟ ਗਈ, ਕਿਸੇ ਅਸੀਂ ਫੜ ਲਈ ਉਹਨਾਂ ਤੋਂ, ਫੜ ਕੇ ਤੇ ਜਮ੍ਹਾਂ ਕਰਾਤੀ। ਉਵੇਂ ਹੁਣ ਐਂ ਨਹੀਂ ਪਤਾ ਵਰਕੇ ਘੱਟ ਹੈ ਕਿ ਪੂਰੇ ਹੈ। ਤੁਸੀਂ ਇੱਕ ਵਾਰੀ ਜਮ੍ਹਾਂ ਕਰਾਇਆ ਜੀ? ਕੇਰਾ ਜਮ੍ਹਾਂ ਜਿੰਨੀ ਕੁ ਬਚੀ ਸੀ, ਜਿੰਨੀ ਬਚੀ ਸੀਗੀ ਜੀ। ਕਾਰਵਾਈ ਜੀ ਐਮ ਐਲ ਏ ਦੀ ਆ, ਹੋਰ ਕਿਹਦੀ ਆ ਕਾਰਵਾਈ? ਸਿੱਧੀ ਕਹਿੰਦੇ ਅਸੀਂ ਤਾਂ, ਕਿਉਂ ਉਹ ਕਿਉਂ ਕਰਵਾਓ? ਉਹਨੂੰ ਕੀ? ਉਹਦੇ ਘਰੇ ਬੈਠਾ ਹੈਗਾ, ਉਹ ਕਿਰਾਇਆ ਨਹੀਂ ਦਿੰਦਾ ਬਈ ਉਹਨੂੰ ਕੋਠੀ 'ਚ। ਅਸੀਂ ਸਿੱਧੀ ਗੱਲ ਕਹਿੰਦੇ ਹਾਂ ਕਿ ਦਿੰਦਾ ਹੋਵੇ ਤਾਂ, ਦਿੰਦਾ ਹੋਵੇ ਅਸੀਂ ਕਹਿੰਦੇ ਹਾਂ, ਪਰ ਉਹ ਨਹੀਂ ਦਿੰਦਾ ਗਾ। ਜਦੋਂ ਸਾਡੇ ਨਾਲ ਇੰਨੀ ਕੁੱਤੇ ਖਾਣੀ ਕਰੀ ਜਾਂਦੇ ਯਾਰ, ਅਸੀਂ ਘੱਟ ਕੇ ਜਾਣਾਂਗੇ ਉਹਦੇ ਨਾਲ? ਇਹ ਵੇਖ ਲਓ ਹੁਣ ਤੁਸੀਂ ਕੀ ਲੱਗਦਾ ਫਿਰ ਜਿਹੜਾ ਆਹ ਸਿਸਟਮ ਹੈ, ਐਂ ਜੇ ਸਰਪੰਚ ਕੋਈ ਬਣ ਵੀ ਗਿਆ ਉਹ ਸਰਪੰਚ ਫਿਰ ਪਿੰਡ ਦੇ ਉੱਤੇ ਜਿਵੇਂ ਇੱਕ ਸਰਪੰਚ ਦਾ ਰੋਲ ਹੁੰਦਾ ਅਦਾ ਕਰ ਪਾਉਂਦੇ? ਆਹ ਸਾਰਾ ਪਿੰਡ ਸਾਡਾ ਖੜਾ ਹੈਗਾ, ਭਾਂਡਾ ਹੀ ਤਿਆਗ ਦੇਣਾ ਸੀ, ਭਾਂਡਾ ਤਿਆਗਾਂਗੇ ਅਸੀਂ, ਭਾਂਡਾ ਤਿਆਗਣਾ ਉਹਨਾਂ ਦਾ ਕੱਲਾ ਘਰ ਆ, ਬਾਰੇ ਜਾ ਕੇ ਸਮਾਂ ਪਾ ਕੇ ਭਾਂਡਾ ਤਿਆਗਾਂਗੇ ਜੀ ਅਸੀਂ, ਇਹ ਨੌਬਤ ਆ ਗਈ। ਹਾਂ ਅਸੀਂ ਜਮਾਂ ਜਲੂਸ ਕੱਢਾਂਗੇ ਬਣਾ ਕੇ ਜੀ, ਇਹਨਾਂ ਭਾਂਡੇ ਤਿਆਗਣ ਵਾਲੀ ਤਾਂ ਜਿਹੜੇ ਨਾਲ ਉਹਦੇ ਮੈਂਬਰ ਹੈ ਉਹਨਾਂ ਦਾ ਵੀ ਭਾਂਡਾ ਤਿਆਗਾਂਗੇ ਜੀ, ਬਸ ਗੱਲ ਖਤਮ ਆ। ਕੋਈ ਵੀ ਮੈਂਬਰ ਹੈ ਜਿੰਨੇ ਵੀ ਉਹਨਾਂ ਨੇ ਕਾਗਜ਼ ਭਰੇ ਹੈ ਉਹਨਾਂ ਭਾਂਡਾ ਤਿਆਗਣਾ ਜੀ। ਤੁਹਾਨੂੰ ਕਿੱਥੇ ਜੇ ਜਿਹੜੇ ਤੁਹਾਡੇ ਕੱਪੜੇ ਕਿੱਥੇ ਜੇ ਪਾੜੇ ਗਏ? ਬਿਲਕੁਲ ਨਜ਼ਦੀਕ ਜਾ ਵੜਿਆ ਸੀਗਾ ਜੀ, ਜਿੱਥੇ ਆਪਣੀ ਲਾਈਨ ਲੱਗਦੀ ਉਦੋਂ 10 ਕਰਮਾ ਪਿੱਛੇ ਸੀਗਾ, ਉੱਥੇ ਮੈਨੂੰ 4 ਬੰਦਿਆਂ ਨੇ ਘੇਰ ਲਿਆ ਵੀ ਕਾਗਜ਼ ਦੇ, ਮੱਖ ਮੇਰੇ ਕੋਲ ਕਾਗਜ਼ ਕਿਹੜੇ ਆ? ਆਂਦੇ ਆ ਵੇ ਚੱਕਿਆ ਕੁੜਤਾ ਮੇਰਾ, ਇੱਧਰੋਂ ਕੁੜਤਾ ਪਾਟਿਆ, ਥੱਲੇ ਡੇਗ ਲਿਆ, ਥੱਲੇ ਡੇਗ ਕੇ ਮੇਰੇ ਫਾਈਲ ਕੱਢ ਲਈ। ਹੁਣ 10 ਬੰਦਿਆਂ ਮੂਹਰੇ ਇਕੱਲਾ ਬੰਦਾ ਕੀ ਕਰਦਾ ਹੈਗਾ? 10 ਬੰਦੇ ਕੌਣ ਸੀ, ਕੋਈ ਮੁਲਾਜ਼ਮ ਸੀ ਕੌਣ? ਬਿਲਕੁਲ ਨਹੀਂ ਮੁਲਾਜ਼ਮ, ਉਹਨਾਂ ਦੇ ਨਾਲ ਹੀ ਜਿਹੜੇ ਉਹਨਾਂ ਦੇ ਬੰਦੇ ਆ, ਜਿਵੇਂ ਆਪਣੇ ਲੈ ਲਾ ਵੀ ਆ ਮੁੰਡੇ ਲੈ ਲਈਏ ਇਕੱਠੇ ਕਰਕੇ ਆਪਾਂ, ਕਿਹਨੇ ਜਾਣ ਦਿੱਤਾ? ਉਹਦਾ ਸਾਥੋਂ ਪਹਿਲਾਂ ਦੇ ਗਏ ਹੋਏ ਸੀਗੇ ਜੀ, ਹਜੇ ਵੀ 4 ਬੰਦੇ ਫਿਰਦੇ ਆ ਉਹਨਾਂ ਦੇ ਉੱਥੇ। ਮੈਂ ਹੁਣ ਵੇਖ ਕੇ ਆ, ਇੱਕ ਕੈਂਡੀਡੇਟ ਹੈ, ਇੱਕ ਉਹਦਾ ਭਰਾ, ਇੱਕ ਉਹਦਾ ਭਤੀਜਾ, ਇੱਕ ਮੁੰਡਾ ਹੋਰ ਹੈ, 4 ਫਿਰਦੇ ਆ ਹਲੇ ਵੀ। ਹੁਣ ਵੀ ਤੁਹਾਡੇ ਹੀ ਪੜਦੇ? ਹਾਂਜੀ, ਤੁਹਾਨੂੰ ਵੀ ਟਾਇਆ ਗਿਆ? ਹਾਂਜੀ ਟਾਇਆ ਗਿਆ, ਸਾਡੀਆਂ ਫਾਈਲ ਮੇਰੀ ਤਾਂ ਖੋ ਕੇ ਲੈ ਗਈ, ਇਹਨਾਂ ਦੀ ਫਾਈਲ ਵੀ ਖੋਣ ਪੈ ਗਈ ਸੀ ਅਸੀਂ, ਪਰ ਫਿਰ ਵੀ ਬਚਾ ਲਈ ਇਹਨਾਂ ਦੀ ਫਾਈਲ ਤਾਂ ਹੀ। ਹਾਂਜੀ ਮੇਨ ਸੀਗੇ ਸਰਪੰਚ? ਹਾਂਜੀ ਆਪਾਂ ਮੇਨ ਲੜ ਰਹੇ ਹਾਂ ਸਰਪੰਚ ਜੀ, ਕੋਟੇ ਚੰਦ ਸਿੰਘ ਵਾਲੇ ਤੋਂ ਹੀ।